ਸ਼ਬੀਰ ਦੇ ਪਹੁੰਚਣ ਤੂੰ ਪਹਿਲੇ ਮੈਂ ਸਾਹਿਬ ਸੁਣਾਵਾਂ ਸ਼ਬੀਰ ਸ਼ਬੀਰ ਦੇ ਪਹੁੰਚਣ ਤੂੰ ਪਹਿਲੇ ਕਿਬਲਾ ਸ਼ਹੀਦ ਦੇ ਥੋੜੇ ਜਿਹੇ ਵਾਕਿਆ ਸੁਣਨਾ ਜਿਹਦੇ ਪੇਰ ਰਕਾਬਤ ਇੰਨਾ ਪਹੁੰਚਦੇ ਤੇ ਉਹ ਮੁਜਾਹਦੇ ਲਾਸ਼ ਦਾ ਕੋਈ ਸਮਾਂ ਕੁ ਮਿਲਿਆ ਕੋਈ ਨਹੀਂ ਮਿਲਿਆ ਆਬਾਦ ਦਾਵੀ ਦਰੀ ਹਸਨ ਦਾ ਪੁੱਤਰ ਕਾਸਿਮ ਟੁਰਦਾ ਟੁਰਦਾ ਆਪਣੇ ਖੀਮੇ ਚ ਮਾਰ ਟਾਇਆ ਕਾਸਿਮ ਮਤ ਜੀਂਦਾ ਵਾਲਾ ਹੈ ਹੱਥ ਬਨ ਕਿਆ ਦਾ ਪੈਰ ਮੈਨਾ ਚਾਚਾ ਇਜਾਜ਼ਤ ਨਹੀਂ ਦੇਦਾ ਕਰਦਾ ਤੂੰ ਨਹੀਂ ਬਹਾਨੇ ਦੀ ਦੱਸਾ ਮੈਂ ਕਿਨ ਵੰਜਣਾ ਹੈ ਬੀਬੀ ਅਦਿਆ ਮੇਰੇ ਨਾਲ ਮੈਂ ਇਜਾਜ਼ਤ ਗਿਣਾ ਦੇਦੀਆਂ ਅਗੂ ਪੁੱਤਰੇ ਪਿੱਛੂ ਮਾਏ ਹੁਸੈਨ ਭਰਜਾਈ ਦੀਆਂ ਮਦਰਿਟੀਆਂ ਦੇ ਅੱਬਾਸ ਕੁਰਸੀ ਗਿਣਾ ਮੇਰੀ ਅੰਮਾ ਭਰਜਾਈ ਪਈਆ ਦੀ ਕਰੀਬ ਖੜੀਏ ਸਾਇਨ ਇਸ਼ਾਰੇ ਨਾਲ ਦੇ ਬਰਜਾਈ ਬਿਸਮਿਲਲਾ ਕੁਰਸੀ ਹਾਜ਼ਰ ਹੈ ਸਲਾਮ ਕਰਕੇ ਦਿਓ ਮੇਰੇ ਕੁਰਸੀਆਂ ਤੇ ਮਾਣ ਦੇ ਵੇਲੇ ਗੁਜ਼ਰ ਗਏ ਮੈਂ ਤੁਹਾਡੀ ਮਮਨੂਨ ਤੇਰੀਆਂ ਭੈਣਾਂ ਦੀ ਮਸਕੂਰਾਂ ਤੇਰੇ ਵਿਰਾਹ ਦੇ ਬਾਅਦ ਸੋਹਣੇ ਦੀ ਗੁਜ਼ਰ ਗਏ ਲੇਕਿਨ ਹੁਣ ਮੈਂ ਪਿੰਨਾ ਨਹੀਂ ਹਾਂ ਮੇਰੇ ਪੁੱਤਰ ਕੁੰਬਾ ਦੀ ਇਜਾਜ਼ਤ ਦੇ ਲੋਕ ਤਾਂ ਪੜ੍ਹਦੇ ਹੁਸੈਨ ਆਖਿਆ ਉਸੀ ਨੂੰ ਘਰ ਉਜੜਦੇ ਲੇਕਿਨ ਨਹੀਂ ਕਿਬਲਾ ਭਰਜਾਈ ਦੀ ਗੱਲ ਕੋ ਖਾਲੀ ਨਹੀਂ ਮੋੜ ਸਕਿਆ ਤੇ ਮੈਂ ਰਾਜ਼ੀ ਹਾਂ ਵਨ ਕਾਸਿਮ ਕਰਾ ਪਰਦਾ ਦਾ ਰਦਾ ਸਲਾਮ ਇਹ ਹੁਸੈਨ ਦੀ ਫੌਜ ਦਾ ਉਹ ਮੁਜਾਹਿਦੇ ਜੇ ਹੁਸੈਨ ਚਾਹ ਕੇ ਘੋੜੇ ਦੀ ਜ਼ੀਨ ਵਿੱਚ ਬਿਠਾਏ ਸਲਾਮ ਕਰਕੇ ਮੈਦਾਨ ਚ ਬੜੀ ਜੰਗ ਕੀਤੀ ਉਸ ਲੇਕਿਨ ਨਰਗਾਇਆ ਦਾ ਵਿੱਚ ਫਸਿਆ ਹਾਸ਼ਮੀ ਸ਼ੇਰ ਮੁਸਲਮਾਨਾਂ ਦੇ ਹਿਸਾਬ ਨਾਲ ਜ਼ੀਨ ਤੂੰ ਲੱਥਾ ਹੈ ਦੀਵਾਰਾ ਕੇ ਚਾਚਾ ਯਤੀਮ ਦਾ ਸਲਾਮ ਹੋਈ ਮੈਂ ਲਹਿਰੀਆ ਚਾਚਾ ਯਤੀਮ ਦਾ ਸਲਾਮ ਹੋਈ ਮੈਂ ਲਹਿਰੀਆ ਹੁਸੈਨ ਉੱਠਿਆ ਪੱਗ ਦੇ ਪੇਟ ਖੁੱਲ ਕੇ ਗੱਲ ਚਾਹੇ ਤੁਰਦਾ ਮਕਤਲ ਗਾਏ ਚਾਹੇ ਦਿੱਤਾ ਲਾਸ਼ ਨਜ਼ਰ ਨਹੀਂ ਆਉਂਦੀ ਜਿਗਰ ਕਾਬੂ ਕਰਕੇ ਸੁਣੋ ਆਸੇ ਪਾਸੇ ਰਿੱਟੇ ਲਾਸ਼ ਨਜ਼ਰ ਨਹੀਂ ਆਈ ਸੋਚੇ ਸਮੈ ਮਾਮਾ ਉਹ ਸ਼ਹੀਦ ਹੈ ਦਿੱਸੀ ਦਾ ਮੈਂ ਕੁ ਨਹੀਂ ਹੈ ਕਲਮਾ ਦਿੱਤਾ ਸੀ ਜਵਾਬ ਦੇ ਸੀ ਇੱਕ ਤਰਦੇ ਨੂੰ ਜਾਤ ਕਮਰ ਤੇ ਰੱਖਿਆ ਦੇ ਕਾਸਿਮ ਚਾਚਾ ਗੁਲੇ ਦਾ ਵਦਈ ਡਲ ਹੁਸੈਨ ਕਲ ਮਾਰੀਏ ਹਰ ਪਾਸ ਆਵਾਜ਼ਾਈਏ ਜੀ ਕਾਇਨਾ ਤਾਇਮਾਨ ਜੀਓ ਜੀਓ ਹਰ ਪਾਸੋਂ ਹਰ ਪਾਸੋਂ ਹਰ ਪਾਸਿਓ ਸਾਇਨ ਲਿੱਟੇ ਲਾਸ਼ ਦਾ ਕੋਈ ਟੁਕੜਾ ਕਿਥਾਈ ਮੇਰੇ ਮੌਲਾ ਨੇ ਜ਼ਮੀਨ ਤੇ ਚਾਦਰ ਵਿਛਾਈ
ਕਮਲ ਤੇ ਹੱਥੇ ਟੁਕੜੇ ਵਧਾ ਚੁੜਦਾ ਹੈ, ਚਾਹ ਕਈ ਕੱਟੇ ਵਧਾ ਕਰੇ ਦਾ ਚਾਹ ਪੋਸਵਾਨੇ ਜਿਹੜਾ ਲਾਸ਼ ਚਵਾਵਣ ਤੁਸਾਂ ਦੀ ਮਦਦ ਵਧਾ ਕਰੇ ਦਾ, ਜਿਹੜੇ ਲਾਸ਼ ਚੁਣੀ ਗਈ ਹੈ ਮੇਰਾ ਮੌਲਾ ਸਾਹਮਣੇ ਦਾ ਜਵਾਨ, ਮੈਂ ਤੇਰਾ ਮਸਕੂਰਾ ਤੇਰੇ ਤੂੰ ਲਚਾ ਬਚਾ, ਮੈਂ ਤੇਰੀ ਜ਼ਿਆਰਤ ਕਰ ਗਿੰਨਾ ਦਿਲ ਜ਼ਿਆਰਤ ਨਾਲ ਕਾ ਪੋਜ ਦੀ ਜਾ ਨਿਕਲਿਆ ਦੇ ਨੀਵੀ ਚਨਾਤਾ, ਮੈਂ ਤੇਰਾ ਫਿਰਾ ਹਸਨਾ ਹੁਣ ਤਾਂ ਮੇਰੇ ਯਤੀਮ ਤੇਰਾ ਵੀ ਹੌਸਲੇ ਨਾਲ ਤੋਰਿਆ ਨਿਵੀ ਜਨਾਦਾ, ਮੈਂ ਤੇਰਾ ਵਿਰਾਸਤ ਮੇਰੇ ਯਤੀਮ ਤੇਰਾ ਵੀ ਰੋਵੋ ਨਹੀਂ ਇੱਕ ਮਿੰਟ, ਦੇਖੋ ਮੇਰੇ ਪਾਸੇ 13 ਸਾਲ ਦਾ ਬੱਚਾ ਤਕਰੀਬਨ ਜਵਾਨ ਹੁੰਦਾ ਹੈ, ਮੈਂ ਕੁਝ ਰਾਤ ਦੀ ਕਸਮ ਹੁਸੈਨ ਕੋ ਲਾਸ਼ ਕੀ ਆ ਕੁਝ ਲੱਥੀ ਖੇਮੇ ਦੇ ਬਾਹਰੋਂ ਆਏ ਜਿਨ੍ਹਾਂ ਮਾਵਾਂ ਦੇ ਜਵਾਨ ਬੱਚੇ ਨੇ, ਮੈਂ ਦੁਆ ਕਰਦਾ ਮੌਲਾ ਕਈ ਸਹੀ ਪਿਉ ਮਾਂ ਕੋ ਜਵਾਨ ਪੁੱਤਰ ਦੀ ਮੌਤ ਦਾ ਦਾਗ ਨਾ ਦੇ, ਰੋਂਦੇ ਵੇਲੇ ਹਰ ਦੁਆ ਮੰਗੀ ਕਰੋ ਜਲਦੀ ਕਬੂਲ ਆਉਂਦੀ ਹੈ। ਹੁਸੈਨ ਖੇਮਿਆਂ ਦੇ ਬਾਹਰੋਂ ਆਏ, ਸੋਚਿਆ ਮਾਤ ਮਰ ਲਾਸ਼ ਬਾਹਰ ਚਾ ਰੱਖੀ ਖਾਲੀ ਹੱਥੇ ਖੇਵੇ ਆਏ, ਕਾਸਮ ਦੀ ਮਾਂ ਉੱਠੀ ਕਰੀ ਆਦੀ ਸਰਦਾਰ ਮੇਰੇ ਪੁੱਤਰ ਵਫਾ ਨਹੀਂ ਕੀਤੀ, ਦੁਨੀਆਂ ਤੇ ਮਿਸਾਲ ਆਦੀ ਦਾਦਾ ਬਾਰੇ ਤਜੁਲ ਮੈਂ ਸਵਾ ਖਿਲਾਰੀਆ ਲਾਸ਼ ਤਈ ਵਾਸਤੇ ਨਾ ਗਿਲਾ, ਤੇਰਾ ਪੁੱਤਰ ਤੂੰ ਵੀ ਮਾਏ ਮੈਂ ਤਾਂ ਮਰ ਬਣੀ ਆਦੀ ਵਾਦਾ ਤੁਸਾਂ ਬੇਣ ਬਿਰਾ ਖੋ ਤਾਂ ਮੈਂ ਰੋਸਾ ਹੀ ਨਹੀਂ ਜਿੱਥੇ ਹੀ ਹੈ ਮੇਰਾ ਪੁੱਤਰ ਗਿਲਣਾ। ਇੱਕ ਗੱਲ ਕਰਦਾ ਜੇ ਸਮਝ ਆ ਗਈ, ਉਹ ਬਿਸਤਰੇ ਤਰੋਸੇ ਗਲੀਆਂ ਤਰੋਸੇ ਉਹ ਗੱਲ ਹੀ ਆਏ, ਮਾਂ ਪੁੱਤਰ ਦੀ ਲਾਸ਼ ਤੇ ਆਈਏ ਇਹ ਪਤਾ ਨਹੀਂ ਸਿਰਾਂ ਦੀਓਂ ਜਾਂ ਪਵਾਂ ਦੀਓਂ, ਖੁਦਾ ਗਵਾਹ ਰੁਨੀ ਨਹੀਂ। ਦੂਜਾ ਟੁਕੜਾ ਚਾਹੇ ਤੂਫਾਨ ਪਿਆਂ ਦੇ ਮਸਾਇਬ ਦਾ, ਦੂਜਾ ਟੁਕੜਾ ਚਾਹੇ ਚੁਮੇ ਲੇਕਿਨ ਰੁਨੀ ਨਹੀਂ, ਜਲੇ ਤੀਜਾ ਟੁਕੜਾ ਚਾਹੇ ਜ਼ਮੀਨ ਕੁਸਲ ਸਲੇ ਆਵਣ ਲੱਗ ਗਏ, ਜਨਾਬ ਲੈਣਾ ਬਤਨ ਪੇ ਭਰ ਜਾਈਏ ਕੇ ਬੈਠੇ ਕਰੇ ਦਿਓ ਆਦੀ ਬੈਠੀ ਬਰਗ ਗੁਲੇ ਦੀਆਂ ਚਿਹਰੇ ਦੇ ਆਦੀ ਆ ਬੈਠੀ ਪਰਗ ਗੁਲੇ ਦੀਆਂ
ਤੇ ਰੁਖਸਾਰ ਮੈਂ ਕੂ ਮੈਂ ਟਹਿਨ ਪਰ ਰੋਂਦੀ ਬੈਠੀ ਆਦੀ ਬੈਠੀ ਮਾਂ ਸਦਕ ਬਣੀ ਮੈਂ ਚੰਨ ਵੱਜਿਆ ਤੇਰੀ ਲਾਸ਼ ਨਹੀਂ ਇੱਕ ਜਹਤੇ ਉਹ ਤੇਰਾ ਖੂਨ ਘੋੜਾ ਦਿਆ ਸੁੰਭਾ ਦੇ ਦੇ ਕਜਗਰ ਹੋ ਸੀ ਕਹੇ ਸੋਹਣਾ ਬਚੜਾ ਮੈਂ ਕੀਤੇ ਕਾਲੀ ਲਾਸ਼ ਕਾਸਿਮ ਤੇ ਭੱਜ ਗਏ ਘੋੜੇ ਰੋਲੋ ਸੈਦ ਮੁਸਾਫਰ ਆਖੇ ਲਾਸ਼ ਕਾਸਿਮ ਤੇ ਭੱਜ ਗਏ ਘੋੜੇ ਰੋਲੋ ਸੈਦ ਮੁਸਾਫਰ ਆਖੇ ਲਾਸ਼ ਕਾਸਿਮ ਗਰੀਬ ਦੀ ਜਾ ਨਿਕਲੀ ਏ ਭਰਜਾਈ ਦੇ ਸਵਾਲ ਤੇ ਪੁੱਛਿਆ ਮਾਂ ਕਸਮ ਦੀ ਆ ਕੇ ਰੋ ਰੋ ਸੈਦ ਮੁਸਾਫਰ ਆਖੇ ਪੁੱਛਿਆ ਮਾਂ ਕਸਮ ਦੀ ਆ ਕੇ ਰੋ ਰੋ ਸੈਦ ਮੁਸਾਫਰ ਆਖੇ ਬਸ ਗਈ ਲੋੜੇ ਬੰਨਰੇ ਤੇ ਜੋੜੇ ਦਿੱਤੇ ਹਿੰਦ ਤੋਂ प्रोग्राम मंजूर केसेट हाउस एंड जाफरी सीडी पॉइंट की तरफ से रिकॉर्डिंग किया गया है। चीफ एग्जीक्यूटिव हसन रजा खान, मोबाइल नंबर 03007507925।